ਰਜਿੰਦਰ ਸਿੰਘ ਜੀ ਪਿੰਡ ਪੀਰੇ ਕਿਆ ਤੋਂ ਬੱਚੇ ਨੂੰ ਅੱਗੇ ਲੈ ਕੇ ਆਣਗੇ। ਇੱਥੇ ਆ ਜਾਈਏ ਬੇਟਾ, ਇਸ ਪਾਸੇ ਆ ਜਾਈਏ, ਸਾਰੇ ਬੋਲਾਂਗੇ ਹਾਲੇਲੂਇਆ। ਖੁਦਾ ਬਹੁਤ ਮਹਾਨ ਹੈ ਵਿਸ਼ਵਾਸ ਕਰਨ ਵਾਲਿਆਂ ਦੇ ਲਈ। ਧਿਆਨ ਸੇ ਸੁਣਨਾ, ਇਹ ਵੀ ਅਦਭੁਤ ਕੰਮ ਪ੍ਰਭੂ ਦਾ। ਬੋਲੋ ਹਾਲੇਲੂਇਆ, ਬੋਲੋ ਪ੍ਰਭੂ ਯਿਸੂ ਮਸੀਹ ਕੇ ਨਾਮ ਕੀ। ਰਜਿੰਦਰ ਸਿੰਘ ਜੀ ਪਿੰਡ ਪੀਰੇ ਕਿਆ ਤੋਂ ਨੇ, ਲਗਭਗ 23 ਸਾਲ ਤੋਂ ਇਹ ਬੇਟਾ ਜਿਹੜਾ ਪਰਿਵਾਰ ਜਿਹੜਾ ਪ੍ਰਭੂ ਦੇ ਵਿੱਚ ਆਇਆ। ਔਰ ਜਦੋਂ ਤੁਹਾਡਾ ਨਾਮ ਕੀ ਬੇਟੀ? ਹਾਂ ਉੱਧਰ ਮੁਕਾ ਲਓ, ਬਲਵਿੰਦਰ ਕੌਰ। ਇੱਕ ਸਮਾਂ ਇਹੋ ਜਿਹਾ ਸੀ, ਪਰਮੇਸ਼ੁਰ ਨੇ ਜਿਹੜਾ ਸੀ ਮਿਸਅੰਡਰਸਟੈਂਡਿੰਗ ਹੋ ਜਾਂਦੀ ਸੀ, ਬੱਚਿਆਂ ਦੀ ਪ੍ਰੋਬਲਮ ਬਹੁਤ ਔਖਾ ਸੀ, ਬੱਚਾ ਸਕਸੈਸਫੁਲ ਨਹੀਂ ਸੀ ਹੁੰਦਾ। ਚਰਚ ਵਿੱਚ ਆਏ, ਪ੍ਰਾਰਥਨਾ ਹੋਈ, ਸਮਾਂ ਪੂਰਾ ਹੋਇਆ, ਬੇਟਾ ਮਿਲਿਆ, ਪਰ ਉਹ ਪ੍ਰਭੂ ਕੋਲ ਚਲਾ ਗਿਆ। ਉਹ ਪ੍ਰਭੂ ਕੋਲ ਚਲਾ ਗਿਆ, ਘਰ ਗਏ, ਪ੍ਰਾਰਥਨਾ ਕੀਤੀ। ਪ੍ਰਾਰਥਨਾ ਕਰਨ ਦੁਆਰਾ ਬੇਟੀ ਬੜੀ ਪਰੇਸ਼ਾਨ ਹੈ, ਬੜੀ ਰੋਈ ਜਾ ਰਹੀ ਹੈ, ਔਰ ਇਹ ਨੌਜਵਾਨ ਵੀ ਟੈਨਸ਼ਨ 'ਚ ਚਲਾ ਗਿਆ। ਪ੍ਰਾਰਥਨਾ ਕੀਤੀ, ਬੇਟਾ ਹੌਸਲਾ ਰੱਖੋ, ਉਹਦੇ ਘਰ ਕੋਈ ਥੋੜ ਨਹੀਂ, ਆਪ ਵਿਸ਼ਵਾਸ ਬਣਾਓ। ਪ੍ਰਾਰਥਨਾ ਕਰਕੇ ਘਰ ਆਏ, ਥੋੜ੍ਹੇ ਸਮੇਂ ਬਾਅਦ ਪ੍ਰਭੂ ਨੇ ਬਰਕਤ ਦਿੱਤੀ, ਔਰ ਇਸੇ ਹਫ਼ਤੇ ਵਿੱਚ ਮੈਨੂੰ ਕਾਲ ਆਈ ਕਿ ਪਰਮੇਸ਼ੁਰ ਨੇ ਬੇਟੇ ਦੀ ਆਸ਼ੀਸ਼ ਦੇ ਦਿੱਤੀ, ਜਿਹੜਾ ਗਿਆ ਸੀ ਵਾਪਸ। ਔਰ ਆ ਜਿਹੜਾ ਢੋਲ ਵੱਜ ਰਿਹਾ ਸੀ, ਤੁਸੀਂ ਵੇਖ ਰਹੇ ਸੀ ਕਿ ਕਿੰਨੇ ਚਾਅ ਅਤੇ ਖੁਸ਼ੀ ਨਾਲ, ਕਿੰਨਾ ਹੀ ਦਿਲ ਦੇ ਵਿੱਚ ਖੁਸ਼ੀਆਂ ਸੀ ਕਿ ਚਰਚ ਤੋਂ ਪਿੱਛੋਂ ਗੇਟ ਤੋਂ ਲੈ ਕੇ ਜਗ੍ਹਾ 'ਤੇ ਢੋਲ ਢਮਾਕਿਆਂ ਨਾਲ ਬੱਚੇ ਨੂੰ ਲਿਆਂਦਾ ਗਿਆ। ਸਾਰੀ ਮਹਿਮਾ ਸੀ ਖੁਦਾਵੰਦ ਯਿਸੂ ਮਸੀਹ ਨੂੰ ਦੇਣਾ। ਖੁਸ਼ ਹੋ ਬੱਚਾ, ਸਦਾ ਖੁਸ਼ ਰਹੋ, ਪ੍ਰਭੂ ਇਹਦੀ ਲੰਬੀ ਉਮਰ ਕਰੇ।